स्वागत है किसान भीरों तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान भीर अपने इस चैनल ते पहली बार वीडियो देख रहे हैं उन्होंने रिक्वेस्ट आ कि अपने यूट्यूब चैनल जरूर सबसक्राइब कर लियो ते नाल लग्या बैल आइकॉन का बटन जरूर प्रेस कर दियो तां जो अपनी हर नवी आने वाली वीडियो का नोटिफिकेशन सब तो पहला तुहानू मिल सके। सो किसी भीर ने इदा दी ऐड करवानी होवे तां तुसीं मेरे नाल कनैक्ट कर सकते हो। मेरा मोबाइल नंबर है 84270 19817। सो भीर अज की वीडियो आप पिंड जंगियाणा जिला बरनाला तहसील इस नूं तब्बा पै जांदी आ ਪਧੌੜ ਅਤੇ ਸਲਾਦਪੁਰਾ ਦੇ ਵਿਚਕਾਰ ਇਹ ਪਿੰਡ ਪੈਂਦਾ ਜੰਗੀਆਣਾ। ਪਧੌੜ ਇੱਥੋਂ 4 ਕਿਲੋਮੀਟਰ ਦੂਰੀ 'ਤੇ ਰਹਿੰਦਾ ਅਤੇ ਸਲਾਦਪੁਰਾ 3 ਕਿਲੋਮੀਟਰ ਦੂਰੀ 'ਤੇ ਪਿੰਡ ਰਹਿੰਦਾ। ਦੋਸਤੋ ਵੀਰ ਦਾ ਮੋਬਾਈਲ ਨੰਬਰ 98770 19612 98770 19612। ਵੀਰ ਦਾ ਮੋਬਾਇਲ ਨੰਬਰ ਆ, ਕੋਈ ਵਪਾਰ ਵਗੈਰਾ ਦਾ ਕੰਮ ਨਹੀਂ, ਘਰੂ ਆਮ ਫਾਰਮਰ ਆ ਦੋਸਤੋ। ਆ 4-5 ਕਣਕ ਬਾਜਾਂ ਦੇ ਘਰ ਦੁੱਧ ਵੀ ਇਹਨੂੰ ਰੱਖੇ ਹੋਏ ਹੈਗੇ, ਡੈਰੀ ਦੁੱਧ ਪਾਉਣ ਦਾ ਵੀਰ ਕੰਮ ਕਰਦੇ ਹੈਗੇ। ਇਹ ਸਕਰੀਨ 'ਤੇ 2 ਪਸ਼ੂ ਦਿਖ ਰਹੇ ਆ ਫੋਰ ਸੇਲ ਆ। ਸੋ ਵੀਰੋ 1 ਨੰਬਰ 'ਤੇ ਆਪਾਂ ਗੱਲ ਕਰਦੇ ਹਾਂ, ਨੀਲੀ ਦਾ ਵੀ ਅੱਖ ਹੈ, ਇਸਦੀ 1 ਅੱਖ ਅਤੇ 1 ਅੱਖ ਦੋਸਤੋ ਇਸਦੀ ਕਾਲੀ ਹੈਗੀ, ਗ੍ਰੇਟਰ ਮੱਝ ਆਪਾਂ ਇਸ ਨੂੰ ਕਹਿ ਸਕਦੇ ਹਾਂ। ਇਹ ਦੂਜਾ ਸੂਆ ਸੂਣੀ ਆ ਅਤੇ 26 ਤਰੀਕ ਨੂੰ ਵੀਰ ਨੇ ਦੱਸਿਆ ਇਸਦੇ ਦਿਨ ਪੂਰੇ ਹੈਗੇ, ਅੱਜ 12 ਕੁ ਦਿਨ ਇਸ ਦੇ ਸੂਣ ਦੇ ਵਿੱਚ ਬਾਕੀ ਆ। ਆਹ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਹੈਗੀ, ਥਣਾਂ ਦੀ ਝੋਟੀ ਸਾਫ਼ ਹੈਗੀ, 4-4 ਉਂਗਲ 'ਤੇ ਥਣ ਲੱਗਿਆ, ਵੈਸੇ ਸਾਫ਼ ਕੁਆਲਿਟੀ ਦੇ ਵਿੱਚ ਹੈਗੀ ਅਤੇ ਮਿਲਕਮੈਨ ਤੁਸੀਂ ਦੇਖ ਸਕਦੇ ਬਹੁਤ ਵਧੀਆ ਜਾਂਦੀ ਪਈ ਹੈਗੀ। ਅਤੇ ਪਹਿਲੇ ਸੂਏ ਵੀਰ ਨੇ ਦੱਸਿਆ ਇਸਨੇ 11 ਕੁ ਲੀਟਰ ਦੁੱਧ ਦਿੱਤਾ, 11-10-11 ਕੁ ਲੀਟਰ ਅਤੇ ਨੋਰਮਲ ਮੱਝ ਹੈਗੀ। ਅਤੇ ਪੈਂਡੀ ਵੀਰ ਦੱਸਦਾ ਸਾਹਣ ਉਸੇ ਸਾਹਣ ਤੋਂ ਕਰੋਸ ਤੋਂ ਕੋਈ ਸੀਮਨ ਵਗੈਰਾ ਨਹੀਂ ਲੱਗਿਆ, ਅਤੇ ਜੋ ਗੱਲ ਦੱਸਿਆ ਬਾਈ ਨੇ ਸੱਚ ਦੱਸੀ ਹੈਗੀ, 10-11 ਕਿਲੋ ਦੁੱਧ ਆ। ਅਤੇ ਵੀਰੋ 75,000 ਰੁਪਇਆ ਵੀਰ ਨੇ ਇਸਦੀ ਡਿਮਾਂਡ ਕੀਤੀ ਹੈ, 75,000 ਰੁਪਇਆ ਡਿਮਾਂਡ ਸਿੰਘ ਖੁੱਲ੍ਹਾ। ਅਤੇ 12 ਕੁ ਦਿਨ ਸੂਣ ਦੇ ਵਿੱਚ ਬਾਕੀ ਹੈਗੇ, ਆ ਪੈਠਪੁੜਾ ਤੁਸੀਂ ਦੇਖ ਸਕਦੇ ਹੋ, ਪੈਠਪੁੜੇ ਦੀ ਝੋਟੀ ਸਾਫ਼ ਆ ਗਈ ਅਤੇ ਮੀਡੀਅਮ ਦੋਸਤੋ ਝੋਟੀ ਹੈ, ਆਮ ਕੋਈ ਮੁੜਾ ਬਰੀਡ ਦੇ ਵਿੱਚ ਥੋੜ੍ਹੀ ਗ੍ਰੇਟਰ ਦੇ ਵਿੱਚ ਆ ਗਈ ਝੋਟੀ ਇਹ। ਆਹ ਤੁਸੀਂ ਥਣ ਦਾ ਗੈਪ ਦੇਖ ਸਕਦੇ ਹੋ, ਹਾਲੇ 12 ਦਿਨ ਸੂਣ ਦੇ ਵਿੱਚ ਬਾਕੀ ਆ, 12 ਦਿਨਾਂ ਨੂੰ ਉਹ ਠੀਕ ਹੀ ਆਊਗੀ, ਚੰਗਾ ਹਵਾਨਾ ਕਰੋ। ਡਿਮਾਂਡ ਸਿਰਫ ਇਸਦੀ 75,000 ਰੁਪਈਆ। ਸੋ ਫਿਰ ਦੂਜੇ ਨੰਬਰ 'ਤੇ ਇੱਕ ਇਹ ਝੋਟੀ ਹੋਰ ਫੋਰ ਸੇਲ ਆ, ਇਹ ਵੀ ਦੋਸਤੋ ਦੂਜਾ ਸੂਆ ਸੂਣੀ ਆ, ਇਹ ਹਾਲੇ 1 ਮਹੀਨਾ ਸੂਣ ਦੇ ਵਿੱਚ ਬਾਕੀ ਆ। ਇਸਦੀ ਡਿਮਾਂਡ ਤੁਸੀਂ ਫੋਨ 'ਤੇ ਪਤਾ ਕਰ ਸਕਦੇ ਹੋ, ਕਿਉਂਕਿ ਦੋਸਤੋ ਇਹ ਹਾਲੇ ਕੱਚੀ ਹੈਗੀ 1 ਮਹੀਨੇ ਦੀ, ਕਿਉਂਕਿ ਮਹੀਨੇ ਨੂੰ ਜਦੋਂ ਪਸ਼ੂ ਨੇੜ ਆਉਂਦਾ ਸੂਣ ਦੇ ਤਾਂ ਉਦੋਂ ਪਤਾ ਲੱਗਦਾ ਵੀ ਕੀ ਰੇਟ ਵਗੈਰਾ ਅਤੇ ਕਿੰਨਾ ਕੁ ਹਵਾਨਾ ਕਰਦੀ ਪਈ ਹੈ। ਇਸ ਵਕਤ ਰੇਟ ਦੀ ਕੋਈ ਜੱਜਮੈਂਟ ਨਹੀਂ, ਬਾਕੀ ਤੁਸੀਂ ਵੀਰ ਨੂੰ ਫੋਨ 'ਤੇ ਪਤਾ ਕਰਕੇ ਰੇਟ ਕਨਫਰਮ ਕਰ ਸਕਦੇ ਹੋ। ਆਹ ਸਿੰਘ ਮੂੰਹ ਮੱਥਾ ਤੁਹਾਡੇ ਸਾਹਮਣੇ ਆ, ਵੀਰ ਆਪ ਘਰ ਹੈ ਨਹੀਂ ਸੀਗਾ, ਸੋ ਇਸ ਕਰਕੇ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾ ਸਕੇ ਦੋਸਤੋ, ਅਤੇ ਵੈਸੇ ਆਪਾਂ ਉਹ ਚਲਾ ਕੇ ਦਿਖਾ ਦਿੰਦੇ ਥੋੜ੍ਹੀ। ਸੋ ਫਿਰ ਹੁਣ ਸੀਲ ਠੰਡੀ ਹੈਗੀ ਝੋਟੀ ਪੂਰੀ, ਮੈਂ ਥੋੜ੍ਹਾ ਕੈਮਰੇ ਨੂੰ ਦੇਖ ਕੇ ਡਰਦੀ ਪਈ ਹੈਗੀ, ਅਤੇ ਥਣ ਵਗੈਰਾ ਦੀ ਸਾਫ਼ ਆ ਦੋਸਤੋ, ਬਿਲਕੁਲ ਇਕੱਲਾ ਇਕੱਲਾ ਥਣ ਨਿਖੜ ਮਾ। ਆਹ ਤੁਸੀਂ ਨੇੜ ਤੋਂ ਦੇਖ ਸਕਦੇ ਬੈਰ 'ਤੇ ਲੱਗਿਆ, ਇਸ ਵਕਤ ਦੋਸਤੋ ਮਿਲਕਿੰਗ ਇਹਦੀ ਹਾਲੇ ਸੋਰੀ ਭਰਨਾ ਸ਼ੁਰੂ ਹੋਈ ਹੈ ਝੋਟੀ, ਹਾਲੇ 1 ਮਹੀਨਾ ਵੀਰ ਨੇ ਦੱਸਿਆ ਜੇ ਇਸਦਾ ਸੂਣ ਦੇ ਵਿੱਚ ਬਾਕੀ ਆ। ਇਸਦੀ ਡਿਮਾਂਡ 2 ਨੰਬਰ ਤੁਸੀਂ ਫੋਨ 'ਤੇ ਪਤਾ ਕਰ ਸਕਦੇ ਹੋ। ਪਹਿਲੇ ਸੂਏ ਵੀਰ ਨੇ ਦੱਸਿਆ ਇਸਦਾ 12-13 ਕਿਲੋ ਦੁੱਧ ਰਿਹਾ ਹੈਗਾ, ਇਸ ਵਾਰ ਉਮੀਦ ਆ ਚੰਗੀ ਪਲੀ ਹੋਈ ਹੈਗੀ ਅਤੇ ਦੁੱਧ 14-15 ਪਾਉਣ ਦੀ ਇਸ ਤੋਂ ਉਮੀਦ ਆ। ਦੂਜੇ ਨੰਬਰ 'ਤੇ ਡਿਮਾਂਡ ਫੋਨ 'ਤੇ ਪਤਾ ਕਰ ਸਕਦੇ ਹੋ, 1 ਨੰਬਰ 'ਤੇ 75,000 ਰੁਪਏ ਡਿਮਾਂਡ ਆ। ਕਿਸੇ ਵੀਰ ਦੇ ਨਾ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ। ਸੋ ਬਣੇ ਰਹੋ ਆਪਣੇ ਯੂਟਿਊਬ ਚੈਨਲ 'ਤੇ ਲੋੜੇਰੀ ਫਾਰਮ ਬਰਨਾਲਾ ਦੇ ਨਾਲ, ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।